ਕੀਤਾ ਸਰ ਨੇ ਬੜਾ ਵਧੀਆ ਤਰੀਕੇ ਨਾਲ ਹਨਾ ਆਪਣੇ ਪਿਆਰ ਦੇ ਪਿੱਛੇ ਬਹੁਤ ਸਾਰੇ ਪਾਪੜ ਵੇਲੇ ਅਤੇ ਕਹਿੰਦੇ ਹੱਦ ਤੁਸੀਂ ਵੀ ਕੋਈ ਨਹੀਂ ਛੱਡੀ ਬਹੁਤ ਸਾਰੀ ਚੀਜ਼ਾਂ ਵਿੱਚ ਕਰਦੇ ਨਜ਼ਰ ਆਏ ਅਸੀਂ ਚਲੋ ਰਿਵੀਲ ਨਹੀਂ ਕਰਾਂਗੇ ਬਟ ਬਹੁਤ ਸਾਰੇ ਐਫਰਟਸ ਲਾਉਂਦੇ ਨਜ਼ਰ ਆਏ ਸੋ ਰੀਅਲ ਲਾਈਫ ਦੇ ਵਿੱਚ ਕਿੱਦਾਂ ਸਮਝਦੇ ਇਹਨਾਂ ਚੀਜ਼ਾਂ ਨੂੰ ਕਿ ਇੱਕ ਜ਼ਿੰਦਗੀ ਦੇ ਵਿੱਚ ਅਗਲਾ ਇੱਕ ਇਨਸਾਨ ਸੱਚੀ ਇੰਨੀ ਮਿਹਨਤ ਇੰਨੀ ਸ਼ਿੱਦਤ ਲਾ ਸਕਦਾ ਆਪਣੇ ਹਾਂਜੀ ਆਫਕੋਰਸ ਲਾ ਸਕਦਾ ਮੇਰੇ ਸਭ ਤੋਂ ਵੱਡਾ ਐਗਜ਼ਾਮਪਲ ਮੇਰੇ ਘਰ ਹੀ ਆ ਲਾਈਕ ਮਾਈ ਮੋਮ ਐਂਡ ਡੈਡ ਇੱਦਾਂ ਕਿਸੇ ਨਾਲ ਮਤਲਬ ਜੋ ਮਾਮਲਾ ਗੜਬੜ ਹੋ ਰਿਹਾ ਮੈਂ ਨਹੀਂ ਹੋਣ ਦਿੰਦੀ ਮੈਂ ਕਹਿੰਦੀ ਜਾ ਕੋਈ ਨਹੀਂ ਅਸੀਂ ਇਸ ਕਮਿਊਨਿਟੀ ਬਾਰੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਦੀ ਇਮੋਸ਼ਨਲ ਸਾਈਡ ਵੀ ਦਿਖਾਈਏ ਉਹਨਾਂ ਦੀ ਰਿਐਲਿਟੀ ਦਿਖਾਈਏ ਉਹ ਕਿਵੇਂ ਜਦ ਬਾਹਰ ਜਾਂਦੇ ਤਾਂ ਵਧਾਈਆਂ ਮੰਗਣ ਜਾਂਦੇ ਬਟ ਘਰੇ ਆ ਕੇ ਕਿਵੇਂ ਇਕੱਲਾ ਮਹਿਸੂਸ ਕਰਦੇ ਉਹਨਾਂ ਚਾਹੁੰਦੇ ਹਾਂ ਅਸੀਂ ਬਹੁਤ ਪਿਆਰ ਨਾਲ ਫਿਲਮ ਬਣਾਈ ਹੈ ਕੁਛ ਡਿਫਰੈਂਟ ਲੈ ਕੇ ਆਏ ਹਾਂ ਪੰਜਾਬੀ ਇੰਡਸਟਰੀ 'ਚ ਇੱਦਾਂ ਦੇ ਟੋਪਿਕਸ ਬੋਲੀਵੁੱਡ 'ਚ ਬਹੁਤ ਆਏ ਨੇ ਸਤਿ ਸ਼੍ਰੀ ਅਕਾਲ ਜੀ ਫੋਰਐਵਰ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਤਹਿ ਦਿਲ ਨੂੰ ਸਵਾਗਤ ਕਰਦੇ ਹਾਂ ਸੋ ਸਾਡੇ ਨਾਲ ਪ੍ਰੀਤ ਮੈਡਮ ਮੌਜੂਦ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕਰਨੀਆਂ ਥੈਂਕ ਯੂ ਸੋ ਮਚ ਸੇ ਹੁਣੇ ਆਡੀਅੰਸ ਦੇ ਵਿੱਚ ਬੈਠ ਕੇ ਤੁਸੀਂ ਫਿਲਮ ਦੇਖ ਕੇ ਆਏ ਹੋ ਲੋਕਾਂ ਦੀ ਆਡੀਅੰਸ ਦੀਆਂ ਜਿਹੜੀਆਂ ਕੂਕਾਂ ਸੀ ਚੀਕਾਂ ਸੀ ਤਾੜੀਆਂ ਸੀ ਸੋ ਉਹ ਤੋਂ ਕਾਫੀ ਹੱਦ ਤੱਕ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਯਾਰ ਮੂਵੀ ਕਿੱਦਾਂ ਦੀ ਹਨਾ ਬਾਹਰ ਤੱਕ ਸੁਣ ਰਹੀਆਂ ਸੀ ਥੀਏਟਰ ਦੇ ਸੋ ਕਿੱਦਾਂ ਦੀ ਫੀਲਿੰਗ ਹੈ ਇਸ ਟਾਈਮ ਤੇ ਬਹੁਤ ਚੰਗੀ ਫੀਲਿੰਗ ਹੈ ਇੱਕ ਤਾਂ ਹੁੰਦਾ ਨਾ ਕਿ ਆਪਣੇ ਪ੍ਰੋਜੈਕਟ ਨਾਲ ਪਿਆਰ ਹੁੰਦਾ ਹੀ ਆ ਬਟ ਉਹ ਫਾਈਨਲੀ ਜਦ ਆਡੀਅੰਸ ਤੱਕ ਪਹੁੰਚਦੀ ਹੈ ਤਾਂ ਇਹ ਐਕਸਪੀਰੀਅੰਸ ਵਿੱਚ ਬਹਿ ਕੇ ਨਾਲ ਦੇਖਣ ਦਾ ਉਹ ਡਿਫਰੈਂਟ ਹੀ ਸੀਨ ਮਤਲਬ ਉਹ ਹੈਗਾ ਸੀ ਕਿ ਕਾਮੇਡੀ ਸੀਨਸ ਤੇ ਸਾਰੇ ਹੱਸ ਰਹੇ ਸੀ ਜਦ ਇਮੋਸ਼ਨਲ ਸੀਨ ਸੀ ਆਈ ਕੁਡ ਸੀ ਕਿਉਂਕਿ ਮੈਂ ਵੀ ਮੇਰੀ ਨਜ਼ਰਾਂ ਹੈਗੀਆਂ ਸੀ ਕਿ ਕੌਣ ਕਿਵੇਂ ਦਾ ਉਹ ਹੁੰਦਾ ਹੀ ਹੈ ਦਿਲੋਂ ਯੂ ਨੋ ਬਿਕੋਜ਼ ਇੰਨਾ ਇੰਨੇ ਪਿਆਰ ਨਾਲ ਅਸੀਂ ਫਿਲਮ ਬਣਾਈ ਹੈ ਆਈ ਵਾਜ਼ ਨੋਟਿਸਿੰਗ ਕੀ ਹੋ ਰਿਹਾ ਹੈ ਥੀਏਟਰ 'ਚ ਅਤੇ ਉਹ ਐਕਸਪੀਰੀਅੰਸ ਬਹੁਤ ਵਧੀਆ ਸੀ ਮੈਨੂੰ ਬਹੁਤ ਖੁਸ਼ੀ ਹੈ ਬਿਲਕੁਲ ਜੇਕਰ ਗੱਲ ਕਰੀਏ ਤਾਂ ਨਿੰਜਾ ਸਰ ਨੇ ਬੜਾ ਵਧੀਆ ਤਰੀਕੇ ਨਾਲ ਹਨਾ ਆਪਣੇ ਪਿਆਰ ਦੇ ਪਿੱਛੇ ਬਹੁਤ ਸਾਰੇ ਪਾਪੜ ਵੇਲੇ ਅਤੇ ਕਹਿੰਦੇ ਹੱਦ ਤੁਸੀਂ ਵੀ ਕੋਈ ਨਹੀਂ ਛੱਡੀ ਬਹੁਤ ਸਾਰੀ ਚੀਜ਼ਾਂ ਵਿੱਚ ਕਰਦੇ ਨਜ਼ਰ ਆਏ ਅਸੀਂ ਚਲੋ ਰਿਵੀਲ ਨਹੀਂ ਕਰਾਂਗੇ ਬਟ ਬਹੁਤ ਸਾਰੇ ਐਫਰਟਸ ਲਾਉਂਦੇ ਨਜ਼ਰ ਆਏ ਸੋ ਰੀਅਲ ਲਾਈਫ ਦੇ ਵਿੱਚ ਕਿੱਦਾਂ ਸਮਝਦੇ ਇਹਨਾਂ ਚੀਜ਼ਾਂ ਨੂੰ ਕਿ ਇੱਕ ਜ਼ਿੰਦਗੀ ਦੇ ਵਿੱਚ ਅਗਲਾ ਇੱਕ ਇਨਸਾਨ ਸੱਚੀ ਇੰਨੀ ਮਿਹਨਤ ਇੰਨੀ ਸ਼ਿੱਦਤ ਲਾ ਸਕਦਾ ਆਪਣੇ ਪਿਆਰ ਲਈ ਹਾਂਜੀ ਆਫਕੋਰਸ ਲਾ ਸਕਦਾ ਮੇਰੇ ਸਭ ਤੋਂ ਵੱਡਾ ਐਗਜ਼ਾਮਪਲ ਮੇਰੇ ਘਰ ਹੀ ਆ ਲਾਈਕ ਮਾਈ ਮੋਮ ਐਂਡ ਡੈਡ ਮੈਂ ਮਤਲਬ ਪਾਪਾ ਦੱਸਦੇ ਹੁੰਦੇ ਸੀ ਕਿ ਕਿਵੇਂ ਉਹ ਕਰਦੇ ਹੁੰਦੇ ਸੀ ਇਹ ਸਭ ਚੀਜ਼ਾਂ ਕਿ ਕਿੰਨਾ ਕੁਛ ਕਰਨਾ ਪਿਆ ਮੰਮੀ ਨੂੰ ਵਿਆਹ ਲਈ ਮਨਾਉਣ ਲਈ ਹੁਣ ਪਾਪਾ ਰਹੇ ਨਹੀਂ ਲਾਸਟ ਈਅਰ ਆਈ ਲੋਸਟ ਹਿਮ ਬਟ ਆਈ ਐਮ ਸ਼ੋਰ ਉਹ ਇੱਥੇ ਹੁੰਦੇ ਤਾਂ ਹੀ ਵੁੱਡ ਹੈਵ ਬੀਨ ਵੈਰੀ ਪ੍ਰਾਊਡ ਅੱਛਾ ਜ਼ਿੰਦਗੀ 'ਚ ਮੈਮ ਜਦੋਂ ਆਪਾਂ ਦੇਖਦੇ ਹਾਂ ਨਾ ਕਿ ਕਰੈਕਟਰ ਇਸ ਤਰੀਕੇ ਦਾ ਆਪਦੇ ਰੀਅਲ ਲਾਈਫ ਨਾਲ ਕਿੰਨਾ ਕੁ ਉਸ ਚੀਜ਼ ਨੂੰ ਕਰੈਕਟਰ ਨੂੰ ਆਪਣੇ ਆਪ ਨਾਲ ਸਮਝਦੇ ਹੋ ਕਿ ਕਰੈਕਟਰ ਕਿੰਨਾ ਕੁ ਰੀਅਲ ਲਾਈਫ ਦੇ ਨੇੜੇ ਆ ਨੇੜੇ ਹੈ ਬਟ ਆਈ ਥਿੰਕ ਮੈਂ ਕਿਸੇ ਨੂੰ ਇੱਦਾਂ ਹੁਣ ਮੈਂ ਸਟੋਰੀ ਨਹੀਂ ਦੱਸ ਨਹੀਂ ਬਟ ਮੈਂ ਇੱਦਾਂ ਕਿਸੇ ਨਾਲ ਮਤਲਬ ਜੋ ਮਾਮਲਾ ਗੜਬੜ ਹੋ ਰਿਹਾ ਮੈਂ ਨਹੀਂ ਹੋਣ ਦਿੰਦੀ ਮੈਂ ਕਹਿੰਦੀ ਜਾ ਕੋਈ ਨਹੀਂ ਮੈਂ ਹੁਣ ਦੱਸ ਨਹੀਂ ਸਕਦੀ ਨਾ ਹੁਣ ਫਿਲਮ ਦੇਖਣ ਦਿਉ ਉਹਦੇ ਬਾਅਦ ਬਟ ਯਾ ਮਤਲਬ ਆਈ ਐਮ ਕਲੋਜ਼ਰ ਟੂ ਦਾ ਕੈਰੈਕਟਰ ਬਟ ਕੁਛ ਚੀਜ਼ਾਂ ਹੈਗੀਆਂ ਜਿਹਦੇ 'ਚ ਮੈਨੂੰ ਲੱਗਦਾ ਕਿ ਯਾਰ ਇੰਨਾ ਕਰਨ ਦੀ ਉਹ ਜਿਹੜੀ ਲੋੜ ਪਈ ਆ ਜੇ ਮੈਂ ਰੀਅਲ ਲਾਈਫ 'ਚ ਹੁੰਦੀ ਤਾਂ ਮੈਂ ਕਹਿੰਦੀ ਨਹੀਂ ਯਾਰ ਕੋਈ ਨਹੀਂ ਨਾ ਕਰੋ ਨਹੀਂ ਉਹ ਫਿਰ ਉਹਦਾ ਪਿਆਰ ਵੀ ਤਾਂ ਜਾਂਦਾ ਸੀ ਉਹਦੇ ਲਈ ਮਤਲਬ ਮਨਾ ਕਰ ਦਿੰਦੇ ਫਿਰ ਨਹੀਂ ਫਿਰ ਕਿਸੇ ਹੋਰ ਤਰੀਕੇ ਨਾਲ ਕੁਛ ਹੋਰ ਗੜਬੜ ਕਰਦੇ ਸੀ ਬਟ ਇਹ ਜੋ ਹੋਇਆ ਅੰਦਰ ਮਤਲਬ ਥੀਏਟਰ 'ਚ ਉਹ ਫਿਰ ਅਸੀਂ ਨਾ ਕਰਦੇ ਰੀਅਲ ਲਾਈਫ 'ਚ ਕੁਛ ਹੋਰ ਕਰਦੇ ਕੁਛ ਹੋਰ ਸਕੀਮ ਲਾਉਂਦੇ ਚਲੋ ਫਿਲਮ ਇੱਕ ਵਾਰ ਦਰਸ਼ਕਾਂ ਤੱਕ ਪਹੁੰਚ ਜਾਓ ਉਸ ਤੋਂ ਬਾਅਦ ਪੁੱਛਾਂਗੇ ਕਿ ਕੀ ਕੀ ਗੜਬੜਾਂ ਹੋ ਕਰ ਸਕਦੇ ਤੁਸੀਂ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਦਾ ਮੈਂ ਕਹਿਣਾ ਚਾਹੁੰਦੀ ਹਾਂ ਅਸੀਂ ਬਹੁਤ ਪਿਆਰ ਨਾਲ ਫਿਲਮ ਬਣਾਈ ਹੈ ਕੁਛ ਡਿਫਰੈਂਟ ਲੈ ਕੇ ਆਏ ਹਾਂ ਪੰਜਾਬੀ ਇੰਡਸਟਰੀ 'ਚ ਇੱਦਾਂ ਦੇ ਟੋਪਿਕਸ ਬੋਲੀਵੁੱਡ 'ਚ ਬਹੁਤ ਆਏ ਨੇ ਬਟ ਪੰਜਾਬੀ ਸਿਨੇਮਾ 'ਚ ਆਈ ਥਿੰਕ ਹਰ ਕੋਈ ਐਕਸਪੈਰੀਮੈਂਟ ਕਰਨ ਤੋਂ ਯੂ ਨੋ ਉਹ ਹਰ ਬੰਦਾ ਨਹੀਂ ਕਰਦਾ ਉਹ ਸਮ ਪੀਪਲ ਜਸਟ ਵਾਂਟ ਟੂ ਪਲੇ ਸੇਫ ਯੂ ਨੋ ਕਿ ਕਾਮੇਡੀ ਫਿਲਮ ਵੀ ਕਰਨੀ ਹੈ ਤਾਂ ਯੂਜੁਅਲ ਕਰ ਦਿਉ ਨੋਰਮਲ ਜਿਹੀ ਸਟੋਰੀ ਆ ਜੋ ਵੀ ਹੈਗਾ ਅਸੀਂ ਇਸ ਕਮਿਊਨਿਟੀ ਬਾਰੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਦੀ ਇਮੋਸ਼ਨਲ ਸਾਈਡ ਵੀ ਦਿਖਾਈਏ ਉਹਨਾਂ ਦੀ ਰਿਐਲਿਟੀ ਦਿਖਾਈਏ ਉਹ ਕਿਵੇਂ ਜਦ ਬਾਹਰ ਜਾਂਦੇ ਤਾਂ ਵਧਾਈਆਂ ਮੰਗਣ ਜਾਂਦੇ ਬਟ ਘਰੇ ਆ ਕੇ ਕਿਵੇਂ ਇਕੱਲਾ ਮਹਿਸੂਸ ਕਰਦੇ ਉਹ ਸ਼ਾਇਦ ਹੋਰ ਫਿਲਮਾਂ 'ਚ ਨਹੀਂ ਦੇਖਣ ਨੂੰ ਮਿਲਦਾ ਯੂਜੁਅਲੀ ਅਸੀਂ ਉਹੀ ਦੇਖਦੇ ਹਾਂ ਕਿ ਉਹ ਜਾ ਕੇ ਸੈਲੀਬ੍ਰੇਟ ਕਰਦੇ ਨੱਚਦੇ ਟੱਪਦੇ ਉਹਦੇ ਬਾਅਦ ਬਸ ਯੂ ਨੋ ਸੋ ਆਈ ਫੀਲ ਕਿ ਜੇ ਆਡੀਅੰਸ ਪਸੰਦ ਕਰੇਗੀ ਇੱਦਾਂ ਦਾ ਕੁਛ ਕੰਟੈਂਟ ਅਸੀਂ ਐਜ਼ ਫਿਲਮ ਮੇਕਰਸ ਐਜ਼ ਐਕਟਰਸ ਵੀ ਵੁੱਡ ਲਵ ਟੂ ਡੂ ਸਮਥਿੰਗ ਮੋਰ ਜੇ ਪਸੰਦ ਉਹੀ ਹੁੰਦਾ ਜਦ ਫਿਲਮਾਂ ਨਹੀਂ ਇੱਦਾਂ ਦੀਆਂ ਚੱਲਦੀਆਂ ਜਾਂ ਲੋਕਾਂ ਨੂੰ ਨਹੀਂ ਪਸੰਦ ਆਉਂਦੀਆਂ ਫਿਰ ਉਹੀ ਹੋ ਜਾਂਦਾ ਨਾ ਕਿ ਸੇਫ ਖੇਲ ਲੈਂਦੇ ਸੋ ਆਈ ਜਸਟ ਵਾਂਟ ਕਿ ਪੀਪਲ ਅੰਡਰਸਟੈਂਡ ਹਾਓ ਵਟ ਆਰ ਇੰਟੈਂਸ਼ਨ ਵਾਜ ਟੂ ਮੇਕ ਦ ਫਿਲਮ ਐਂਡ ਮੈਨੂੰ ਉਮੀਦ ਹੈ ਕਿ ਪਸੰਦ ਆਏਗੀ ਸਾਰਿਆਂ ਨੂੰ ਥੈਂਕ ਯੂ ਸੋ ਮਚ ਐਂਡ ਬਹੁਤ ਸਾਰੀਆਂ ਬੈਸਟ ਵਿਸ਼ਸ ਫਾਰ ਫੇਮ ਮੈਮ ਮਗਰ ਥੈਂਕ ਯੂ